ਵੈਲਕਮ ਟੂ ਨਜ਼ਰ ਬਲੌਗ। ਉਹਦੇ ਸਾਰੇ ਵਧੀਆ ਹੋਣਗੇ। ਅਤੇ ਅੱਜ ਸਾਡੇ ਪੇਪਰ ਬਹੁਤ ਸਾਰੇ ਖਤਮ ਹੋ ਗਏ ਸੀ। ਅੱਜ ਮੈਂ ਸਾਰੇ ਪੇਪਰ ਲੈ ਕੇ ਆਈ ਹਾਂ। ਫਸਟ ਟਾਈਮ ਇਹ ਪੇਪਰ ਹਨਾ, ਘਰੇ ਨਹੀਂ ਤਾਂ ਮਿਲਦੇ ਨਹੀਂ ਹੁੰਦੇ। ਨਹੀਂ ਮਿਲਦੇ ਹੁੰਦੇ ਇਹ ਚ ਪਿਆ ਸਾਰੇ ਪੇਪਰ। ਕਿਵੇਂ ਆਏ ਮਾਰਕਸ? ਵਧੀਆ ਹੈ। ਵਧੀਆ ਹਾਂ, ਚਲੋ ਦੇ ਦਿਆਂ ਕੀ। ਇਹ ਤਾਂ ਮੇਰੀ ਆਰਟ ਕੀਤੀ ਸੀ ਉਹ। ਓਕੇ, ਅੱਛਾ ਸਾਰੇ ਪੇਪਰ ਮਿਲ ਗਏ ਤੁਹਾਨੂੰ? ਸਾਰੇ ਮਿਲ ਗਏ ਸਾਰੇ। ਸਭ ਤੋਂ ਪਹਿਲਾਂ ਹੈਗਾ ਕੰਪਿਊਟਰ। ਕਿੰਨਿਆਂ ਚੋਂ? 30ਆਂ ਚੋਂ 27.5। ਠੀਕ ਆ, ਠੀਕ ਹੈ। ਫਿਰ ਆ ਹੈਗੀ ਆ ਪੰਜਾਬੀ ਲਿਟਰੇਚਰ 17.75। ਕਿੰਨਿਆਂ ਚੋਂ ਆਏ ਇਹ? 20 ਚੋਂ। ਵੈਰੀ ਗੁੱਡ। ਪੰਜਾਬੀ ਲੈਂਗੁਏਜ ਇਹ ਵੀ ਸੇਮ ਹੀ ਆ। 20 ਨਹੀਂ, ਸੇਮ ਨਹੀਂ ਆਏ। ਓਕੇ, ਇਹ ਵੀ 20 ਚੋਂ ਹੀ ਆ। ਰੱਖ ਦੇ, ਦੇਖੋ ਮੇਰੀ ਸੀਟਾਂ ਉੱਡੀ ਜਾਂਦੀਆਂ ਯਾਰ। ਅਰੇ ਮੈਂ ਤਾਂ ਤੇ ਨੰਬਰ ਵੈਸੇ ਕੱਟ ਕਾਦੇ ਵਿੱਚੋਂ ਹੋਏ ਤੇਰੇ? ਮਿਸਟੇਕ ਹੋਈਆਂ? ਤੂੰ ਤਾਂ ਕਹਿੰਦੀ ਹੁੰਦੀ ਸੀ ਮੇਰੀ ਕੋਈ ਮਿਸਟੇਕ ਨਹੀਂ। ਮੈਂ ਕਹਤਾ ਕਿਹਾ ਸੀ ਇਹ ਹਿੰਦੀ ਆ। ਠੀਕ ਹੈ। 20 ਚੱਲ ਚੱਲ, ਹੁਣ ਤੈਨੂੰ ਪਤਾ ਤਾਂ ਲੱਗੂਗੀ ਨਾ ਮਿਸਟੇਕ ਜਿਹੜੀਆਂ ਨਿਕਲੀਆਂ। ਇਹ ਹਿੰਦੀ ਲੈਂਗੁਏਜ, ਇੱਕ ਮਾਰਕੀ ਘੱਟੇ ਚ। ਠੀਕ ਹੈ। ਮੰਮਾ ਇਹਨੂੰ ਡਾਂਟੀ ਹੋ? ਕਿਉਂ ਡਾਂਟੀ ਹੋ? ਜੇ ਇਹਦੇ 3 ਨੰਬਰ ਆਏ ਤਾਂ ਬਹੁਤ ਵਧੀਆ ਆ ਤੇਰੇ ਨਾਲ। ਤੋਂ ਤੇਰੇ ਨਾਲ ਤਾਂ ਚੰਗੇ ਹੀ ਆਂਦੇ ਤੇਰੇ। ਤੇਰੇ ਵੇਖਾਂਗੇ ਕਿੰਨੇ ਕੋਂਦੇ ਆ। ਇਹਦੇ ਤਾਂ 0 ਆਂਦੇ ਭਾਈ, ਫਰੈਂਡਸ ਨਹੀਂ ਜੀ, ਇਹਨਾਂ ਦੇ 100 ਹੁੰਦੇ ਆ। 30 ਚੋਂ 27। ਇਹ ਕਿੰਨਾ? ਇਹ ਕਿਹੜਾ? 30 ਚੋਂ 27 ਆ। ਇਹ ਕਿਹੜਾ ਪੇਪਰ ਹੋ? ਸਾਇੰਸ ਨਹੀਂ, ਸਾਇੰਸ ਇਹ ਜੀਕੇ ਆ। ਅੱਛਾ, ਜੀਕੇ ਜੀਕੇ ਚ ਮੇਰੇ ਆਏ ਦੇਖੋ। ਅੱਜ ਹਿੰਦੀ ਆ। ਸਹੀ, ਇਹ ਉਹ ਪੇਪਰ ਆ ਜਿਹੜਾ ਜਦੋਂ ਦਾਦੀ ਨੂੰ ਦਾਦੀ ਨੇ ਆਉਣਾ ਸਿੱਧਾ? ਨਹੀਂ ਨਹੀਂ, ਕੰਪਿਊਟਰ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਕੰਪਿਊਟਰ ਦਾ ਸੀ। ਅੱਛਾ, ਬ੍ਰੇਕਅਪ ਹੋਏ ਸੀ ਟੈਸਟ ਦੇ ਮਾਰਕਸ ਉਹ ਵੀ ਐਡ ਹੋ ਗਏ ਤਾਂ ਮੇਰੇ ਵੱਧ ਜਾਊਗੇ ਮੈਥ ਚੋਂ। ਅੱਛਾ, ਮੈਥ ਚੋਂ ਕਿਉਂ ਘੱਟ ਹੈ ਵੀ? ਠੀਕ ਆ, ਵੈਰੀ ਗੁੱਡ, ਸ਼ਾਬਾਸ਼। ਅੱਗੇ ਤੋਂ ਇਹ ਤੋਂ ਵੀ ਜ਼ਿਆਦਾ ਲਿਆਉਣੇ ਆ ਜਿੰਨੇ ਘਟੇ ਆ ਨੰਬਰ। ਠੀਕ ਆ, ਤੇ ਹੁਣ ਪਾਪਾ ਨੂੰ ਦਿਖਾਈ। ਫਰੈਂਡਸ ਇੱਕ ਮਿੰਟ, ਆ ਪੁਆਇੰਟ 25 ਆ। ਆਹੋ 2.5। ਹਾਂ, ਆ ਮੇਰੇ ਦੇਖੋ, ਮੇਰੇ ਬਦੇ ਦੋਨਾਂ ਦਾ ਟੈਸਟ ਹੋਇਆ ਸੀ, ਦਿਖਾਵਾ। ਮੈਂ ਦੇਖਿਆ, ਮੈਂ ਤੇ ਨਿੰਬੂ ਚਿਪਕਾਇਆ ਸੀ, ਸਾਰਾ ਚਿਪ ਸੁੱਕ ਗਿਆ। ਸੁੱਕ ਗਿਆ ਸਾਰਾ ਹੀ, ਆ ਕੀ ਚਿਪਕਾ? ਆ ਦੇਖੋ, ਕਰੇਲਾ ਵੀ ਸੁੱਕ ਗਿਆ। ਚੱਲ ਕੋਈ ਨਾ, ਹੁਣ ਪਾਪਾ ਨੂੰ ਤਾਂ ਹੋਣੇ ਪੇਪਰ। ਓਕੇ, ਠੀਕ ਹੈ। ਫਸਟ ਟਾਈਮ ਮਿਲੇ ਆ ਨਾ ਤੈਨੂੰ ਪੇਪਰ ਘਰ ਦਿਖਾਉਣ ਵਾਸਤੇ। ਹੁਣ ਮੈਨੂੰ ਲੱਗਦਾ ਦਿਆ ਕਰਨਗੇ ਨਾ ਜਿਹੜੇ ਤੇਰੇ ਐਂ ਹੋਇਆ ਕਰਨਗੇ ਟੈਸਟ ਵਗੈਰਾ। ਚਲੋ, ਤੇ ਆ ਇਹਦਾ ਵੀ ਦੇਖ ਲਓ, ਅੱਜ ਟੈਸਟ ਹੋਇਆ। ਆਉਂਦੀ ਨਾ ਲੜਨ ਲੱਗ ਗਿਆ ਘਰ। ਚੱਲ ਸਾਰੇ ਚੱਕ ਕੇ ਸਾਂਭ ਲਾ, ਲਿਆਓ ਜੀ ਦਿਖਾਓ ਤੁਸੀਂ ਮਹਾਰਾਜ ਤੁਹਾਡਾ ਟੈਸਟ ਕਾਹਦਾ ਹੋਇਆ ਸੀ ਅੱਜ?
ਸੌਰੀ ਹਾਂਜੀ ਮਿਸਟੇਕ ਕਰ ਗਈ। ਅੱਛਾ ਟੈਸਟ ਹੋਇਆ ਸੀ ਮੇਲ ਫੀਮੇਲ ਟੈਸਟ ਨਹੀਂ ਜੈਂਡਰ ਸ਼ੀਟ ਹੋਈ ਸੀ ਸ਼ੀਟ ਹੋਈ ਸੀ ਫਿਰ ਤੂੰ ਟੈਸਟ ਕਿਉਂ ਦਿਖਾਈ ਜਾਨੀ ਜਨਵਰੀ ਫਰਵਰੀ ਦੇ ਟੈਸਟ ਸੀ ਤੇਰਾ ਅੱਜ ਇਹਦਾ ਸੀ ਕਾ ਹਾਂ ਸ਼ੀਟ ਤੇ ਹੋਇਆ ਸਹੀ ਸੀ ਸਾਰੇ ਉਹ ਤਾਂ ਜਦੋਂ ਦੇਖਾਂਗੇ ਫਿਰ ਪਤਾ ਲੱਗੂਗਾ। ਹਾਂ ਫਰੈਂਡਸ ਜਦੋਂ ਇਹਦਾ ਰਿਜ਼ਲਟ ਆਉਂਦਾ ਹੁੰਦਾ ਨਾ ਇਹਦੇ ਪੇਪਰ ਨਾਲ ਜੁੜੇ ਹੀ ਹੁੰਦੇ ਆ ਸਹੀ ਹੁੰਦੇ ਸਾਰੇ ਰਹੂ ਚੱਲ ਹੁਣ ਪਾ ਕੇ ਰੱਖ ਲਓ ਆਪਣੀ ਡਰੈਸ ਚੇਂਜ ਕਰ ਲਓ ਠੀਕ ਹੈ ਕੱਲ ਤੁਹਾਡਾ ਸਕੂਲ ਲੱਗਣਾ ਹੈ ਨਾ ਤੁਹਾਨੂੰ ਪਤਾ ਕੱਲ ਸਾਡੀ ਮੈਮ ਦਾ ਬਰਥਡੇ ਤੇ ਕੱਲ ਅਸੀਂ ਬਹੁਤ ਸਾਰੀ ਸੈਲੀਬ੍ਰੇਸ਼ਨ ਕਰਨੀ ਹੈ ਫਰੈਂਡ ਸਕੂਲੇ ਅਸੀਂ ਕੇਕ ਕੱਟਾਂਗੇ ਫਰੈਂਡਸ ਪੁੱਛ ਲਿਆ ਮੈਨੂੰ ਮੈਨੂੰ ਤੁਸੀਂ ਲੈ ਕੇ ਦੇਣਾ ਪਾਰਟੀ ਪੌਪਰ ਬੈਲੂਨਸ ਰੋਜ਼ ਦੋ ਰੋਜ਼ ਦੋ ਰੋਜ਼ ਲੈ ਕੇ ਦੇਣੇ ਆ ਦੋ ਰੋਜ਼ ਕਰਨੇ ਇੱਕ ਇਵਲੀ ਨੇ ਲੈਣਾ ਹੈ ਨਾ ਦੋ ਰੋਜ਼ ਲੈ ਕੇ ਆਉਣੇ ਆ ਇੱਕ ਪਾਰਟੀ ਪੌਪਰ ਅਤੇ ਬੈਲੂਨ ਦਾ ਪੈਕਟ ਉਹ 'ਚੋਂ ਮੈਂ ਪੰਜ ਲੈ ਕੇ ਜਾਣੇ ਆ ਕਿਉਂਕਿ ਪੰਜ ਕੋਈ ਹੋਰ ਲੈ ਕੇ ਆਊਗਾ ਪੰਜ ਕੋਈ ਹੋਰ ਲੈ ਕੇ ਪਾਪਾ ਨੂੰ ਪਤਾ ਤੂੰ ਲੰਬੀ ਹੋ ਜਾਣਾ ਇਸ ਲਈ ਤਾਂ ਹੀ ਤੈਨੂੰ ਪਹਿਲੇ ਹੀ ਲੰਬੀ ਫਰੋਕ ਬਣਾਤੀ ਹੈ ਹਨਾ ਚੱਲ ਕੋਈ ਨਾ ਅੱਗੇ ਥੋੜੀ ਲੰਬੀ ਆ ਸਮਝ ਨਹੀਂ ਆਈ ਉਧਰ ਡਿਨਰ ਨਾਲ ਨਾ ਆਵੇ ਇਹਦਾ ਕੀ ਹਿਸਾਬ ਕਿਤਾਬ ਉਧਰ ਚਿਪਸ ਖਾਈ ਜਾਂਦੀ ਹੈ ਆਪੇ ਤਾਂ ਕਹਿੰਦੇ ਹੈਲਥੀ ਚੀਜ਼ ਦੀ ਅਗਰ ਹੁਣ ਹੈਲਥੀ ਹੈ ਨਾਲ ਲੇਸ ਲੱਗੇ ਆ ਤਲੇ ਲੇਸ ਤਾਂ ਇਹ ਲੱਗੀਆਂ ਹੋਈਆਂ ਖਾਣ ਤੇ ਨਾ ਆ ਦੇਖੋ ਜੀ ਮੈਂ ਬਰਗਰ ਬਣਾ ਲਿਆ ਆ ਬ੍ਰੈਂਡ ਦੇ ਮਿਲ ਕੀ ਕੀਤਾ ਜੋ ਚਿਪਸ ਲਿੱਤੇ ਉਹਦੇ ਵਿੱਚ ਨਾ ਇੱਕ ਆ ਰੱਖਤਾ ਅਨਾਰ ਤੇ ਖਾ ਗਈ ਬਰਗਰ ਬਣ ਗਿਆ ਹੁਣ ਪਾਪਾ ਨੂੰ ਉਹ ਦਿਖਾਈ ਬਾਅਦ ਚੋਂ ਪੇਪਰ ਠੀਕ ਹੈ ਦੇਖਦਾ ਤੇਰਾ ਕੀ ਬਣਿਆ ਨਜ਼ਾਰਾ ਬਹੁਤ ਹੁੰਦਾ ਦੇਖਦਾ ਮੈਂ ਤਾਂ ਰਿਜ਼ਲਟ ਆਇਆ ਜਿਹੜਾ
ਮੈਨੂੰ ਕਹਿੰਦੀ ਮੇਰਾ ਰਿਜ਼ਲਟ ਵੇਖੋ ਪਤਾ ਲੱਗ ਜੂ। ਕੱਲ ਮੀਟਿੰਗ ਤਾਂ ਕੱਲ ਹੋਣੀ ਆ ਦੀ, ਪੇਪਰ ਦੇ ਦਿੱਤੇ, ਪੇਪਰ ਦੇ ਦਿੱਤੇ ਉਹਨਾਂ ਨੇ ਅੱਜ। ਹਿਜਕੀ ਹਿਜਕੀ ਆ ਜਾਂਦੀ ਸਾਰੀ ਫੜਾ ਦੇ ਦਿਖਾ ਪਹਿਲਾਂ ਕੀ ਕੀਤਾ ਮੈਂ ਤਾਂ ਇਹਨਾਂ ਜੋ ਸਾਡੇ ਭਾਈ ਨਹੀਂ ਅੱਜ ਵਧੂਗੇ ਇੱਥੇ ਹੋਰ। ਅੱਛਾ ਚੱਲ ਪੇਪਰ ਤਾਂ ਵਧੀਆ ਕਰਦੀ ਆ। ਮੈਂ ਪਰ ਕਿਸੇ ਦਾ ਚੀਟਿੰਗ ਨਹੀਂ ਕਰਦੀ, ਮੈਂ ਆਪਣੇ ਆਪਾ ਹੀ ਕਰਦੀ। ਮੈਂ ਆ ਦੇਖੀ ਉੱਚੇ ਕਰ ਲਵਾਂ ਯਾਰ, ਜੋੜ ਕਰਨਾ ਸੀ, ਜੋੜ ਹੀ ਨਹੀਂ ਆਇਆ ਤਾਂ ਤੂੰ ਯਾਰ ਮੇਰੀ ਮੈਥ ਨਹੀਂ ਆਉਂਦੀ। ਕਿ ਮੈਥ ਕਿਉਂ ਨਹੀਂ ਆਉਂਦੀ ਤੈਨੂੰ, ਮੈਥ ਕੁੜੀ ਆ, ਮੁੰਡਾ ਹੁੰਦਾ ਮੈਥ, ਕਿੰਨੇ ਗਲਤ ਹੈ ਮੈਥ ਹੁੰਦਾ ਕੁੜੀ ਨਹੀਂ, ਮੈਥ ਹੁੰਦੀ ਨਹੀਂ। ਆ ਕੀ ਗਲਤ ਕਿਉਂ ਹੋਇਆ ਵੀ ਕੰਮ ਗਲਤ ਆ ਕਿਵੇਂ ਯਾਰ ਬਸ ਤੈਨੂੰ ਪਤਾ ਹੀ ਲੱਗਾ ਮਾਈਨਸ ਕਰਨਾ, ਮਾਈਨਸ ਉਹਨੇ ਕਿਹਾ ਹੀ ਨਹੀਂ ਮਾਈਨਸ ਕਰਨਾ, ਕੀ ਚੱਕਰ ਸੀ ਉਹਨੇ ਦੱਸਿਆ ਹੀ ਨਹੀਂ ਕਿ ਉਹ ਥਰਡ ਕਲਾਸ ਰਾਜੂ ਨੇ ਪਹਿਲਾ ਪਹਿਲਾ ਮਾਈਨਸ ਦਾ ਦੂਜਾ ਪਲੱਸ ਦਾ ਫਿਰ ਉਸ ਤੋਂ ਬਾਅਦ ਤੇ ਹੁਣ ਤੂੰ ਵੱਡੀ ਹੋ ਗਈ, ਜਿਹੜੀ ਰਕਮ ਲਿਖੀ ਹੁੰਦੀ ਹੈ ਨਾ ਸਮ ਲਿਖਿਆ ਹੁੰਦਾ ਉੱਚ ਲਿਖਿਆ ਹੁੰਦਾ, ਪਲੱਸ ਕਰਨਾ ਜਾਂ ਮਾਈਨਸ ਕਰਨਾ ਇਹ ਪੜਨਾ ਤੂੰ ਆ। ਹੁਣ ਚੱਲ ਦਿਖਾ ਹੋਰ 130 ਦੇਖਿਓ ਤਾਂ 30 ਲੈ ਕੇ ਆਈਦਾ ਦੇ ਦੇ ਨਹੀਂ ਇਹ ਚ ਤਾਂ ਠੀਕ ਹੈ। ਕਿੰਨੇ ਸੀ ਮੈਥ ਚ 32 ਪੰਜਾਬੀ ਨੂੰ ਚਾਬੀ ਹੈ, ਪੰਜਾਬੀ ਲੋਕ ਆ ਕੋ ਪੰਜਾਬੀ ਲੋਕ। ਓਕੇ ਰਿਪੋਰਟ ਨੈਕਸਟ ਨੈਕਸਟ ਜਿਹੜਾ ਜਿਹੜਾ ਇਹ ਵੀ ਪੰਜਾਬੀ ਦੇ ਹੀ ਹਾਂ, ਪੰਜਾਬੀ ਦੋ ਲਿਟਰੇਚਰ ਲੈਂਗੁਏਜ ਹੁੰਦੇ ਆ ਨਾ, ਲਿਟਰੇਚਰ ਇੱਕ ਲੈਂਗੁਏਜ ਸਾਰਿਆਂ ਦੇ ਆਈ ਹੁੰਦੇ, ਹਿੰਦੀ ਦੇ ਵੀ ਪੰਜਾਬੀ ਇੰਗਲਿਸ਼ ਆ ਗੋਲ ਗੋਲ ਸੀ ਇਹ ਪੰਜਾਬੀ ਆ ਆ ਗੋਲ ਗੋਲ ਲਿਟਰੇਚਰ ਕਿੰਨੇ ਉਹ ਯਾਰ ਯੈਲੋ ਆਪਸ ਲੜ ਪੈਣੀ ਆ ਮਿੰਟ ਜੀ ਜਿਹੜਾ ਹਿੰਦੀ ਦਾ ਹਿੰਦੀ ਪਾਪਾ ਨੂੰ ਆਉਂਦੀ ਨਹੀਂ ਤਾਂ ਵਾਵਾ ਨਹੀਂ ਆਉਂਦੀ ਪਰ ਹਿੰਦੀ ਤੁਹਾਡੇ ਕਿੰਨੇ ਆਉਂਦੇ ਸੀ ਤੇਰੇ ਬਾਬੂ ਇਹ ਤਾਂ ਗਈ ਆ ਝੂਠ ਬੋਲ ਗਿਆ ਨਾ ਬਾਬਾ ਝੂਠ ਹੈ।
ਇਸ ਵਾਰੀ ਸਾਰੇ ਦਿੱਤੇ ਹੁਣ ਇਹ ਦਿਆ ਕਰਨਗੇ ਜਿਹੜੇ ਟੈਸਟ ਹੀ ਆ ਯਾਰ ਇਹ ਜਿਹੜੇ ਹੁੰਦੇ ਆ ਸਾਡੇ ਵਾਰੀ ਵੀ ਜੀਕੇ ਹੁੰਦੀ ਸੀ ਗ੍ਰਾਮਰ ਹੁੰਦੀ ਆ ਨਾ ਇਹ ਚ ਕਿੰਨੇ ਆਯਾ ਕਿੰਨਿਆਂ ਚੋਂ ਇਹ ਚ ਗ੍ਰਾਮਰ ਚ ਤਾਂ ਇੱਕ ਗਲਤ ਹੀ ਲੱਗਿਆ ਸਾਰਾ ਗਲਤ 20 ਹੈ 25 ਤੋਂ 25 ਲਿਖਿਆ ਹੈ ਓ ਤੇ ਮਾਰਕਸ ਵੀ ਐਡ ਹੋਇਆ ਵੀਰੇ ਅੱਛਾ ਪੜ੍ਹਾਉਣਾ ਪਰ ਲਿਆ ਮੱਥਾ ਟੇਕ ਲਈਏ ਕਈ ਵਾਰ ਲੋੜ ਹੀ ਪੈਣ ਦੀ ਪੜ੍ਹਨ ਦੀ ਕਈ ਵਾਰ ਪੜ੍ਹਨ ਦੀ ਲੋੜ ਪੈ ਜਾਂਦੀ ਮਾੜੀ ਨੀ ਯਾਰ ਮਾੜਾ ਮੋਟਾ ਤੁਹਾਨੂੰ ਜਵਾਕਾਂ ਨੂੰ ਹੁੰਦਾ ਬਹੁਤ ਘੱਟਦੇ ਪਰ ਠੀਕ ਆ ਕੋਈ ਹੱਦ ਤੱਕ ਚਲੋ ਕੋਈ ਗੱਲ ਨੀਂ ਤੇਰਾ ਕੀ ਬਣਦਾ ਕੱਲ ਜਾਣੀ ਹੈ ਦੀ ਰਿਪੋਰਟ ਕਰਨ ਕੱਲ ਪਤਾ ਲੱਗ ਜੂਗਾ ਮੈਡਮ ਕੀ ਦੱਸਦੀ ਹੈ ਵੀ ਇਹ ਕੀ ਕਰਦੀ ਹੈ ਕੱਲ ਇਹਦੀ ਕੰਪਲੀਟ ਵੀ ਲਾ ਕੇ ਆਉਣੀ ਹੈ ਮੈਂ ਕੀ ਕਹਿਣਾ ਨਹੀਂ ਮੰਨਦੀ ਮੇਰਾ ਨਾ ਹੀ ਆ ਛੋਟੀ ਤੇ ਨਾ ਹੀ ਵੱਡੀ ਆ ਵੇ ਆਏ ਕਰਦੀ ਹੈ ਮੰਮਾ ਦੇਖੋ ਸਮਾਂ ਛੇੜੀ ਆਂਦੀ ਆ ਇਹਦੇ ਵਿੱਚ ਇੱਕ ਵਾਰੀ ਚ ਬੰਦਾ ਜਿੱਤ ਜਾਂਦਾ ਤੀਜੀ ਵਾਰੀ ਸੱਤਵੀਂ ਵਾਰੀ ਫਿਰ ਜਿਹੜੀ ਵਾਰੀ ਚੱਲਦਾ ਥੱਲੇ ਉਦੋਂ ਥੱਲੇ ਉਦੋਂ ਥੱਲੇ ਐਂ ਹੋਈ ਜਾਂਦਾ
ਜਾਂਦਾ ਪਿਆ। ਡੁੱਬੂ ਪਹੁੰਚ ਗਈ ਆ ਰਹੀ, ਇਹਨੂੰ ਜੇ ਦੋ ਆ ਗਏ ਤਾਂ ਇੱਕ ਆਊ, ਇੱਕ ਆਊ ਜੇ ਇੱਕ ਆ ਗਿਆ ਤਾਂ ਡੰਗ ਵੱਜ, ਇੱਕ ਦੋ ਆਊਗਾ ਕਾ ਚੱਕ ਆ ਚੱਕ ਇੱਕ ਆ ਗਏ ਦੋ ਮਮਾ ਨੂੰ ਇੱਕ ਆ ਗਏ। ਵਾਰੀ ਨਹੀਂ ਚੱਲਦੀ ਤੂੰ ਆ ਦੀ, ਤੇਰੀ ਵਾਰੀ ਮੈਂ ਚੱਲਦੀ ਫਿਰ ਅਜਾ ਕੇ ਜਵਾਨੇ ਦੀ ਦੇਖੋ ਮੈਂ ਵੀ ਪਹੁੰਚ ਗਈ ਥੱਲੇ ਉਹ ਤੂੰ ਵੀ ਥੱਲੇ ਛੇ 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 ਕੋਈ ਯਾਰ ਇਹ ਥੱਲੇ ਆਏ ਹੋਏ ਅਬ ਕੇ 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 ਲੈ ਦਦ ਆ ਚਾ ਇਹ ਤਾਂ ਗਈ ਥੱਲੇ ਮਾਰੀ ਮੇਰੀ ਇਹ ਦੁਬਾਰ ਤੂੰ ਵੀ ਗਈ ਥੱਲੇ ਹਾਏ ਬਲੌਗ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ ਤੇ ਡੱਕ ਕੇ ਲਾਈਕ ਸ਼ੇਅਰ ਕਰ ਦੇ ਰਹੀ ਹੋ। ਬਾਏ ਬਾਏ।